शर्मा जिंदाबाद मोती शर्मा जिंदाबाद मोती शर्मा सर अज भी पहले तो मीडिया का सारे ने मैं धन्यवाद करना गल इदा है कि यह काम असी 2018 के सीवर का काम शुरू कराया सी आपां सीवर की लैन पवाई सी ते जिदे विच बीटी बिल साडा सड़क बनाउण दा नाल सी जिहड़ा आपां मंडी बोर्ड नूं ट्रांसफर करवाया उहदे विच की होया उस दौर दे विच इलैक्शन आ गए पहले एम पी दे इलैक्शन आ गए जदों जाखड़ साहब ने इलैक्शन लड़िया उदों काम रह गया फिर आपां रिपेयर करवाई ਅਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਏ ਉਹਨੂੰ ਇੱਕ ਸਾਲ ਡੇਢ ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬਹਿੰਦੀ ਹੈ ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੱਲੀ ਸੁਜਾਨਪੁਰ ਰੋਡ ਦੀ ਸੜਕ ਬਣਾਈ ਅਸੀਂ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋਲ ਸੈਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀ ਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤੇ ਨੇ 5-6 ਦਿਨ ਪੂਰੇ ਪਿੰਡ ਨੂੰ ਪਤਾ ਸਾਡੇ ਵਾਰਡ ਨੂੰ ਪੂਰੇ ਨੂੰ ਪਤਾ ਕਿ ਕੰਮ ਕਿੱਦਾਂ ਹੋ ਰਿਹਾ ਇਹਨਾਂ ਨੇ ਅੱਜ ਆ ਕੇ ਵਾਹਵਾਹ ਹੀ ਖੱਟਣ ਦੀ ਜਦ ਕਿ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਸੀਂ ਉਹਨੇ ਕੋਈ ਕਾਂਗਰਸ ਬੀਜੇਪੀ ਉੱਤੇ ਕੋਈ ਆਪ ਨਹੀਂ ਦੇਖੀ ਉਹਨੇ ਮਦਦ ਕਰਕੇ ਅਤੇ ਐਸ ਡੀ ਓ ਮੰਡੀ ਬੋਰਡ ਨੇ ਸਾਡਾ ਸੁਣਾਈ ਕੀਤੀ ਅਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਅਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋਂਬਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਗਿਆ ਉਹ ਰਿਕਾਰਡਿੰਗ ਆ ਸਾਡੇ ਕੋਲ ਲਾਗੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾਗੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਜਣੀ ਹੁਣ ਮੈਨੂੰ ਕਹਿੰਦਾ ਤੈਨੂੰ ਜਾਨੋਂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ੍ਹ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਛ ਵੀ ਆ ਉਸ ਦੇ ਵਿੱਚ ਇਹਦਾ ਭਰਾ ਬੇਟਾ ਭਭੂਤੀ ਸ਼ਰਮਾ ਬੇਟਾ ਭਭੂਤੀ ਸ਼ਰਮਾ ਅਤੇ ਭਭੂਤੀ ਸ਼ਰਮੇ ਦਾ ਬੇਟਾ ਅਤੇ ਨਾਲ ਜਿਹੜੇ ਇਹਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ 'ਤੇ ਹੋਏਗੀ ਅਤੇ ਮੈਂ ਇੱਕ ਗੱਲ ਹੋਰ ਕਹਿੰਦਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜਾਂ ਆਪ 'ਚ ਗਿਆ ਦੀਪ ਮਹਿਰਾ ਇਹਨੇ ਪਹਿਲੇ ਵੀ ਮੇਰੇ 'ਤੇ ਜਾਨਲਾਵਾ ਹਲਮਾ ਕੀਤਾ ਇਹਦੇ 'ਤੇ 453 ਦਾ ਕੇਸ ਹੈ ਇਹਨੇ ਅੱਜ ਉਹਦੇ ਡਰ ਦੇ ਨਾਲ ਭਭੂਤੀ ਸ਼ਰਮੇ ਸਪੋਰਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫਿਰ ਗਾਲਾਂ ਕੱਢੀਆਂ ਪਰ ਮੈਂ ਆਪਾਂ ਕੋਈ ਰੰਜਿਸ਼ਵਾਈ ਨਹੀਂ ਅਸੀਂ ਡਿਵੈਲਪਮੈਂਟ ਦੀ ਰਾਜਨੀਤੀ ਕਰਨਾ ਚਾਹੁੰਦੇ ਹਾਂ ਨਾ ਕਿ ਹੱਥੋਂਬਾਈ ਦੀ ਇਹਨਾਂ ਜਦੋਂ ਵੀ ਆਉਂਦੇ ਆ ਤੁਸੀਂ ਦੇਖੋ ਕੱਲ੍ਹ ਹੀ ਇਹਦਾ ਬੰਦਾ ਫੜੋਇਆ ਸੱਟੇ ਦੇ ਪੈਸੇ ਲੈਂਦੇ ਉਹ ਭਭੂਤੀ ਸ਼ਰਮੇ ਦੇ ਟੀਮ ਦਾ ਬੰਦਾ ਸੀ ਜਦਕਿ ਸਾਰਿਆਂ ਨੂੰ ਪਤਾ ਅਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਧੱਕੇਬਾਜ਼ੀ ਕਰ ਰਹੇ ਆ ਅਤੇ ਆਪਣੀ ਬਦਮਾਸ਼ੀ ਦੱਸ ਰਹੇ ਆ ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿੱਚੋਂ ਦੀ ਲੰਘਦਾ ਪਿਆ ਇੱਥੇ ਦੇਖਿਆ ਮੈਂ ਮਸ਼ੀਨਾਂ ਖੜੀਆਂ ਸੀਗੀਆਂ ਅਤੇ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਉਹਦਾ ਮੰਡੀ ਬੋਰਡ ਦਾ ਮੈਂ ਉਹਨੂੰ ਪੁੱਛਿਆ ਬਈ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕੀ ਮੈਂ ਕਿਹਾ ਕੀ ਕਰਨ ਲੱਗਾ ਕਹਿੰਦਾ ਜੀ ਆਪਾਂ ਸੜਕ ਪਾਣੀ ਹੈ ਅਤੇ ਮੈਂ ਕਿਹਾ ਯਾਰ ਵਧੀਆ ਤਰੀਕੇ ਨਾਲ ਪਾਇਓ ਕੋਈ ਲੰਮਾ ਨਾ ਆਏ ਮੈਂ ਗੱਲ ਕਰ ਰਿਹਾ ਸੀ ਅਤੇ ਪਿੱਛੋਂ ਇਹ ਆਪਣੇ ਜਤਨ ਵਾਲੀਆ ਇਹ ਠੇਕੇਦਾਰ ਹੈ ਇੱਥੇ ਅਤੇ ਇਹਨੂੰ ਇਹ ਲੱਗਿਆ ਵੀ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਸੀਂ ਵਧੀਆ ਕੰਮ ਕਰਨੇ ਹੁੰਦੇ ਹਾਂ ਮੈਂ ਕਿਹਾ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬਦੋ ਵਧੀ ਆਪਣੇ ਉਹ ਲਾਪਿਆ ਹੁਣ ਇਹਨੇ ਕੀ ਕੀਤਾ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ ਕੋਈ 5-7 ਬੰਦੇ ਸੀਗੇ ਕੋਈ ਸ਼ਰਾਬੀ ਉਹ ਇਕੱਠੇ ਕਰ ਲਏ ਉੱਥੇ ਅਤੇ ਸਾਡੇ ਮੁੰਡੇ ਇੱਥੇ ਖੜ੍ਹੇ ਸੀਗੇ ਇਹ ਵੀ ਸਾਰੇ ਅਸੀਂ ਕੋਈ ਨਾਂ ਤਾਂ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕੇਦਾਰੀ ਕਰਦਾ ਪਿਆ ਠੇਕੇਦਾਰੀ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਹਾ ਮੈਂ ਕੋਲੋਂ ਸੜਕ ਬਣਾ ਰਿਹਾ ਇਹਨੂੰ ਕੋਈ ਪੁੱਛੇ ਵੀ ਤੂੰ ਆਪਣੇ ਕੋਈ ਖਾਤੇ 'ਚ ਪੈਸੇ ਕਢਾਇਆ ਤਾਂ ਇੱਥੇ ਸੜਕ ਬਣਾ ਰਿਹਾ ਸਰਕਾਰ ਦਾ ਕੰਮ ਹੈ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਪਰ ਪੰਜਾਬ ਸਰਕਾਰ ਕੰਮ ਕਰਿਆ ਕਰਦੀ ਹੈ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਅਤੇ ਇਹ ਐਵੇਂ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪ ਆਈ ਔਰ ਗਾਲਾਂ ਕੱਢੀਆਂ ਸ਼ੁਰੂ ਕਰਤੀਆਂ ਮੈਂ ਫਿਰ ਹੱਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਿਹਾ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਹਾਂ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹੁੰਦੇ ਹੀ ਨਹੀਂ
ਸਾਡੀ ਜਿਹੜੀ ਆਮ ਆਦਮੀ ਪਾਰਟੀ ਆ, ਅਸੀਂ ਕਦੀ ਪਾਰਟੀ ਦਾ ਤੁਸੀਂ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਜਕਰਤਾ ਨੇ ਕੋਈ ਫਾਲਤੂ ਉੱਚੀ ਬੋਲਦੇ ਹੀ ਨਹੀਂ। ਅਸੀਂ ਤਾਂ ਸਗੋਂ ਲੋਕਾਂ ਨਾਲ ਪਿਆਰ ਪਾਉਣ ਵਾਸਤੇ ਆਏ ਹਾਂ, ਅਸੀਂ ਕੋਈ ਲੜਨ ਝਗੜਨ ਲਈ ਥੋੜ੍ਹੀ ਆਏ ਹਾਂ। ਉਹ ਇਹਨੇ ਖੱਪਾਂ ਨਹੀਂ ਸ਼ੁਰੂ ਕਰਤੀ, ਔਰ ਜਦੋਂ ਇੱਥੇ ਬੜੀ ਖੱਪ ਖੁੱਪ ਪਈ ਤੇ ਮੈਂ ਫੋਨ ਕੀਤਾ ਆਪਣੇ SHO ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ, ਉਹਨਾਂ ਨੇ ਕਿਹਾ ਭਾਅ ਜੀ ਤੁਸੀਂ ਜਾਓ। ਅਸੀਂ ਉੱਥੋਂ ਆ ਗਏ, ਬਸ ਇੰਨੀ ਗੱਲ ਹੋਈ ਆ। ਉੱਥੇ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਮੈਂ ਸੁਣਿਆ ਹੁਣ ਵੀ ਬਿੱਜ ਬੁੱਜ ਨੂੰ ਬੁਲਾ ਲਿਆ, ਫਿਰ ਕੋਈ ਟੀਨਾ ਚੌਧਰੀ ਪਤਾ ਨਹੀਂ ਕੌਣ ਕੌਣ ਇਹਨੇ ਆਪਣੇ ਬਦਲੇ ਸਦ ਲਏ। ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਕਿਆ ਮੇਰੇ ਪਾਰਟੀ ਇੱਥੇ ਨਹੀਂ ਹੈਗੀ? ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗਾ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ? ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲੈਂਦਾ, ਮਹਿਲਾ ਲੀਡਰ ਇਕੱਠੀ ਕਰ ਲੈਂਦਾ, ਯੁਵਾ ਸਾਡੇ ਚਿਹਰੇ ਹੈਗੇ ਇੰਨੇ ਤਗੜੇ ਮੁੰਡੇ ਆ, ਅਸੀਂ ਸਾਰੇ ਇੱਥੇ ਇਕੱਠੇ ਕਰਨਾ। ਪਰ ਅਸੀਂ ਲੜਾਈ ਥੋੜ੍ਹੀ ਕਰੇ, ਪਠਾਨਕੋਟ ਨੂੰ ਕੋਈ ਲੜਾਈ ਦਾ ਅਖਾੜਾ ਥੋੜ੍ਹੀ ਬਣਾਉਣਾ ਜੀ। ਅਸੀਂ ਤਾਂ ਸਿਰਫ ਇਹ ਹੈ ਵੀ ਚਲੋ ਉਹਨੂੰ ਇਹ ਗੱਲ ਕਹੀਏ ਵੀ ਯਾਰ ਜੇ ਸੜਕ ਬਣਾਉਣ ਲੱਗਾ ਤਾਂ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਈ, ਕਿਉਂਕਿ ਇਹ ਮੈਨੂੰ ਖਤਰਾ ਆ ਕਿ ਇਹਨੇ ਠੇਕਾ ਲਏਦਾ ਇੱਥੇ, ਇਹ ਪੈਟੀ ਠੇਕੇਦਾਰ ਬਣਿਆ ਕਿ ਠੇਕੇਦਾਰ ਕਿਸੇ ਹੋਰ ਕਰਿਆ, ਪੈਟੀ ਠੇਕੇਦਾਰ ਬਣਿਆ। ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟੀਆ ਕਰਨਾ, ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਇੱਥੇ, ਕਹਿੰਦੇ ਸਾਰੇ ਉੱਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਛੱਡੀ। ਮੇਰੀ ਸੁਣੋ ਗੱਲ, ਮੇਰਾ ਬੇਟਾ ਤਾਂ ਉੱਥੇ ਆਈ ਨਹੀਂ। ਇਹ ਇਸ ਗੱਲ ਦਾ ਤਾਂ SHO ਦਵਿੰਦਰ ਪ੍ਰਕਾਸ਼ ਜਿਹੜੇ ਇੱਕ ਨੰਬਰ ਡਿਵੀਜ਼ਨ ਦੇ ਹੈਗੇ ਨਾ, ਉਹਨਾਂ ਉਹ ਗਵਾਹ ਨੇ। ਜਿਸਲੇ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਨਹੀਂ। ਮੇਰਾ ਬੇਟਾ ਤਾਂ ਕਿੰਨਾ ਦਾ ਨੌਕਰੀ ਕਰਦਾ, ਉਹ ਆਪਣੀ ਨੌਕਰੀ 'ਤੇ ਹੈਗਾ। ਇਹ ਤਾਂ ਇੱਕ ਮਤਲਬ ਡਰਾਮੇਬਾਜ਼ੀ ਹੈ ਨਾ। ਬੇਟਾ ਕਿੱਥੋਂ ਆ ਗਿਆ? ਬੇਟਾ ਨਾ ਅੱਜ ਤੱਕ ਕਿਸੇ ਮੇਰੇ ਕੰਮ 'ਚ, ਨਾ ਕਿਸੇ ਰਾਜਨੀਤੀ 'ਚ, ਅਤੇ ਮਤਲਬ ਉਹ ਇੱਕ ਜਾਣ ਕੇ ਉਹ ਕਿਸੇ ਨੇ ਦੱਸਿਆ ਹੋਣਾ ਨਾ ਕਿ ਸਲਾਹਕਾਰ ਬੜੇ ਨੇ, ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਵੀ ਇਹਦਾ ਨਾਂ ਲਓਗੇ, ਵੀ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ, ਤਾਂ ਇਹ ਗੱਲ ਕਿਸੇ ਨੇ ਮੰਨੀ ਨਹੀਂ, ਅਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ। ਉੱਥੇ SHO ਖੜਾ ਆ, ਇੱਕ ਨੰਬਰ ਡਿਵੀਜ਼ਨ ਦੇ SHO ਦਵਿੰਦਰ ਪ੍ਰਕਾਸ਼ ਮੌਕੇ 'ਤੇ ਖੜੇ ਆ, ਪੁਲਿਸ ਮੌਕੇ 'ਤੇ ਖੜੀ ਆ। ਦਿਖਾ ਦੇਣ ਵੀ ਮੇਰਾ ਬੇਟਾ ਕਿੱਥੇ ਆਇਆ ਅਤੇ ਕਦੋਂ ਉਹਨੇ ਜਾਨੋ ਮਾਰਿਆ। ਸਾਰਿਆਂ ਕੋਲ ਉੱਥੇ ਮੋਬਾਈਲ ਸੀਗੇ, ਹਰ ਬੰਦੇ ਨੇ ਰਿਕਾਰਡਿੰਗ ਕੀਤੀ ਆ ਉੱਥੇ, ਹਰ ਬੰਦਾ ਜਿਹੜਾ ਉੱਥੇ, ਕਿਉਂਕਿ ਅੱਜ ਕੱਲ੍ਹ ਮੋਬਾਈਲ ਦਾ ਜ਼ਮਾਨਾ, ਸਾਰੇ ਕੋਲ ਮੋਬਾਈਲ ਹੈਗੇ ਨੇ, ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਸੀ। ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਂ ਉੱਥੇ ਮੇਰਾ ਬੇਟਾ ਹੋਏਗਾ ਤਾਂ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਹਾਂ। ਇੱਦਾਂ ਮਤਲਬ ਇਹ ਐਵੇਂ ਝੂਠੇ, ਕਿਉਂਕਿ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ। ਇਹ ਪਹਿਲਾਂ ਵੀ ਬੜੀ ਵਾਰੀ ਇਹਨੇ ਲੜਾਈਆਂ ਲੜੀਆਂ, ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂ ਆ, ਇਨਸਾਨ ਨਹੀਂ ਹੈਗਾ, ਅਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ। ਜਿੱਦਾਂ ਕਿ ਤੁਸੀਂ ਦੇਖ ਸਕਦੇ ਵੀ ਸਭ ਤੋਂ ਪਹਿਲਾਂ ਕਿਤੇ ਕੋਡ ਆਫ ਕੰਡਕਟ ਜਿਹੜਾ ਲੱਗਾ ਹੋਇਆ, ਉਹਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਕੋਈ ਵੀ ਹੈਗਾ, ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ। ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹਦੀਆਂ ਇਨ ਮਿਲ ਪਾਲਣ ਕੀਤੀ ਜਾਏਗੀ, ਉਹਨੂੰ ਕਰਾਈ ਜਾਏਗੀ, ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਸਾਡੇ ਏਰੀਏ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈ ਹੰਗਾਮਾ ਹੋ ਸਕਦਾ, ਅਸੀਂ ਇਮੀਡੀਏਟਲੀ ਇਹ ਰਸ਼ ਕਰਕੇ ਇੱਥੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਅਤੇ ਸਿਚੁਏਸ਼ਨ ਡਿਫਿਊਜ਼ ਕੀਤੀ ਹੈ। ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾਂ, ਕਿਉਂਕਿ ਜਿੱਦਾਂ ਕਿ ਕੋਡ ਆਫ ਕੰਡਕਟ ਦੇ ਹਦਾਇਤਾਂ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਜਾਂ ਕੋਈ ਵੀ ਕੰਮ ਕਰਾ ਰਿਹਾ। ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਉਂਦਾ ਹੋਇਆ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਏਗੀ। ਸਰ, ਮੌਕੇ 'ਤੇ ਜਿਹੜਾ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਅਤੇ ਧਮਕੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ, ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਤਾਂ ਦੋਨਾਂ ਪਾਰਟੀਆਂ ਨੂੰ ਕਹਿੰਦਾ ਵੀ ਜਿਹਨੂੰ ਜੇ ਵੀ ਕੋਈ ਗ੍ਰੀਵੀਅੰਸਿਸ ਹੈਗੀ ਆਪਣੀ ਆਪਣੀ ਕੰਪਲੇਂਟ ਦੇ ਸਕਦਾ, ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਕਰਦੇ।